ਹਾਂਜੀ ਸਤਿ ਸ਼੍ਰੀ ਅਕਾਲ ਜੀ। ਲਓ ਜੀ ਆਪਾਂ ਕਰਨ ਲੱਗੇ ਅਭਿਆਸ ਨੰਬਰ 30 ਅਤੇ 31 ਦੋਨੇ ਇਕੱਠੇ ਕਰ ਲੈਂਦੇ ਹਾਂ। ਕੁਛ ਕੁ ਵਰਡ ਮੈਂ ਲਿਖਦਾ, ਕੁਛ ਤੁਸੀਂ ਖੁਦ ਆਪ ਲਿਖਣੇ ਹੈਗੇ ਆ। ਸਾਰਾ ਕੁਛ ਕੀਤਾ ਹੋਇਆ, ਸਿੱਖਿਆ ਹੋਇਆ ਆਪਾਂ ਹੈਗਾ। ਇਹ ਆਪਣੇ ਬਸ ਪ੍ਰੈਕਟਿਸ ਵਾਸਤੇ ਇਹਨਾਂ ਨੇ ਦੋ ਐਕਸਾਈਜ਼ ਹੋਰ ਦਿੱਤੀਆਂ। ਪਹਿਲਾ ਅੱਖਰ ਹੈਗਾ ਸਟਾਕ, ਸਟਾਕ ਸਵਸਥ ਅੱਖਰ ਦੇ ਬਿਲਕੁਲ ਸੈਂਟਰ ਜਾਊਗਾ, ਰਸਤਾ ਪਿੱਛੇ ਵਾਹਵਾ ਲੱਗਾ ਪੂਰਾ ਪੈ ਜਾਣਾ। ਸਟੇਜ ਅਤੇ ਜਦੋਂ ਪਹਿਲਾਂ ਸਾਉਣ ਵਾਲੀ ਸੱਟ ਦੀ, ਸਟੋਰ ਸੱਟ ਪਹਿਲਾਂ ਆ ਗਿਆ, ਪੋਸਟ ਠੀਕ ਹੈ, ਪੋਸਤੀ ਵਾਹਵਾ ਲੱਗਾ ਪੂਰਾ ਪਊਗਾ ਠੀਕ ਹੈ, ਆਰਟਿਸਟਿਕ ਠੀਕ ਹੈ, ਫੁਰਸਤ ਸੱਤ ਜਿੱਥੇ ਸਾਊਂਡ ਆ ਗਈ ਉੱਥੇ ਇਹ ਚੇਪ ਚਾਪ ਲੱਗ ਜਾਣੀ, ਸਟਾਲ ਸਪਸ਼ਟ ਕਿਸ਼ਤੀ ਵਾਹਵਾ ਲੱਗ ਗਿਆ, ਮਾਸਟਰ ਮਾਸਟਰ ਦਸਤਾਨਾ ਮਸਤੀ ਠੀਕ ਹੈ, ਸਾਰਾ ਚੈਪਟਰ ਕੀਤਾ ਹੋਇਆ ਆਪਣਾ, ਕਸ਼ਟ ਦਸਤਕ ਅਗਸਤ ਟੈਸਟ ਪੋਸਟਰ ਡਸਟਰ ਠੀਕ ਹੈ, ਸ਼ਿਕਸ਼ਤ ਸੱਸਾ ਕੱਕਾ ਸੱਦੀ ਚਾਪ ਠੀਕ ਹੈ। ਪੰਜਾਬੀ ਬੁੱਕ ਵਿੱਚ ਵੇਖਣੀ ਹੈ ਅਭਿਆਸ ਨੰਬਰ 30 ਠੀਕ ਹੈ। ਹੁਣ ਆਪਾਂ ਲਿਖਦੇ ਹਾਂ ਅਭਿਆਸ ਨੰਬਰ 31 ਦੇ ਅੱਖਰ ਠੀਕ ਹੈ, ਇਹ ਦੇਖਦੇ ਹਾਂ ਕਿਵੇਂ ਲਿਖੇ ਜਾਣਗੇ। ਠੀਕ ਹੈ ਪਹਿਲਾਂ ਫਿਰ ਉਹੀ ਪੋਸਟ ਠੀਕ ਹੈ, ਪੋਸਤ ਹਿਫਾਜ਼ਤ ਸਾਰੇ ਵਰਡ ਕੀਤੇ ਹੋਏ ਆ, ਹਿਫਾਜ਼ਤ ਸ਼ਸਤਰ ਪੋਸਟਿਕ ਬਾਕੀ ਜਿਹੜੇ ਛੱਡ ਰਹੇ ਆ ਵਰਡ ਵਿੱਚੋਂ ਉਹ ਤੁਸੀਂ ਆਪੇ ਕਰ ਲੈਣੇ ਆ, ਪੁਸ਼ਤਾਂ ਠੀਕ ਹੈ, ਸਤੂਨ ਠੀਕ ਹੈ, ਸੰਸਦ ਸ਼ਿਕਸ਼ਤ ਸਥਿਰਤਾ, ਬੁੱਕ ਵਿੱਚ ਤੱਥਾ ਪਾਇਆ ਹੋਇਆ ਤੱਥਾ ਪਾਉਣਾ, ਸਥਿਰਤਾ ਸਤਾਰਾ ਹਿਰਾਸਤ ਗੋਸ਼ਟੀ ਚੈਸਟਰ ਸਥਿਰ ਸ੍ਰਿਸ਼ਟੀ ਸਥੂਲ ਸ਼ਿਸ਼ਤ ਸਟੀਲ ਸਤਾਉਣਾ ਹਸਦ ਸੰਸਦ ਸਨਤ ਸਥਾਪਨਾ ਠੀਕ ਹੈ, ਸਥਾਨਿਕ ਚਾਪ ਬਿਲਕੁਲ ਅੱਖ ਦੇ ਅੱਧ ਚ ਟਾਈਪਿਸਟ ਠੀਕ ਹੈ, ਰਸਦ ਰਾਸ਼ਟਰ ਮਾਸਟਰ ਨਛੱਤਰ ਲੱਜਤ ਯਾਦਦਾਸ਼ਤ ਠੀਕ ਹੈ। ਇਹ ਕਰਨੀ ਆਪਾਂ ਅਭਿਆਸ ਨੰਬਰ 30 ਅਤੇ 31 ਠੀਕ ਹੈ। ਬਾਕੀ ਅੱਖਰ ਜਿਹੜੇ ਛੱਡਤੇ ਵਿੱਚੋਂ ਤੁਸੀਂ ਖੁਦ ਲਿਖ ਲੈਣੇ ਆ ਠੀਕ ਹੈ, ਪੇਜ ਭਰਨੇ ਆ, ਇੱਕ ਚੈਪਟਰ ਦੇ ਘੱਟੋ ਘੱਟ 30 ਦਾ ਪੇਜ ਭਰੋ, 30 ਨੰਬਰ ਐਕਸਾਈਜ਼ ਅਤੇ 31 ਨੰਬਰ ਐਕਸਾਈਜ਼ ਦੋਨੇ ਇਕੱਠੇ ਕਰਾਂਗੇ ਤਾਂ 60 ਪੇਜ ਭਰਾਂਗੇ। ਜੇ ਸਿੰਗਲ ਅੱਧੀ ਕਰਨੀ ਇੱਕ ਕਰਨੀ ਆ, ਟਾਈਮ ਪੇਜ ਨਹੀਂ ਘਟਾਉਣੇ ਆਪਾਂ, ਜੇ ਤੁਹਾਡੇ ਕੋਲ ਟਾਈਮ ਘੱਟ ਹੈਗਾ ਤਾਂ ਐਕਸਾਈਜ਼ ਘਟਾ ਸਕਦੇ ਹੋ, ਚਾਰ ਲੈਣਾ ਕਰ ਲਓ, 8 ਲੈਣਾ ਕਰ ਲਓ ਠੀਕ ਹੈ। ਜੇ ਟਾਈਮ ਵੱਧ ਹੈਗਾ ਜਲਦੀ ਸ਼ੋਰਟ ਐਂਡ ਕਰਨੀ ਚਾਹੁੰਦੇ ਹੋ ਤਾਂ ਫਿਰ ਆਪਾਂ ਇਹਦੇ ਪੇਜ ਜ਼ਿਆਦਾ ਭਰਨੇ ਪਏ, ਜ਼ਿਆਦਾ ਮਿਹਨਤ ਕਰਨੀ ਪੈਣੀ ਆ ਠੀਕ ਹੈ। 30 ਅਤੇ 31 ਨੰਬਰ ਐਕਸਾਈਜ਼ ਹੈਗੀ ਆ, ਪੇਜ ਜੇ ਸਾ ਦੋਨੋਂ ਕਰਾਂਗੇ ਤਾਂ ਪੇਜ ਭਰੇ ਜਾਣਗੇ ਘੱਟੋ ਘੱਟ 60 ਠੀਕ ਹੈ। ਫਿਰ ਇਹਦਾ ਟੈਸਟ ਦੇਣਾ ਕਿਸੇ ਨੂੰ ਵੀ ਠੀਕ ਹੈ ਜੀ। ਥੈਂਕ ਯੂ।